अगर आपने अभी तक हमारा चैनल सब्सक्राइब नहीं किया तो अभी सब्सक्राइब करें और बेल आइकॉन को क्लिक करके हमारी लेटेस्ट वीडियोस के बारे में। कोरोना के कहर के चलते पूरे देश में कर्फ्यू लगा हुआ है। उत्थे सुल्तानपुर लोधी के भी कुछ अजिहे पिंड हैं जिथे पिंड वासियों ने खुद नु लॉकडाउन करके पिंड दी हद्दां नु बन लिया है। कई जगह पिंड वासियों ने रस्सियां ते बोर्ड लगा के रास्ता बंद कर लिया है, जिस नाल कोई बाहर वाला व्यक्ति पिंड विच दाखिल ना हो सके ते कर्फ्यू दा पूर्ण रूप नाल पालन हो सके। इस मौके ते कोई पिंड दा व्यक्ति शहर तो वापिस आंदा है तो उस नु पूरी तरह सैनिटाइज करके ही पिंड विच आण दित्ता जांदा है। ਤੁਹਾਨੂੰ ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ ਸੁਲਤਾਨਪੁਰ ਲੋਧੀ ਦੇ ਪਿੰਡ ਅਮਾਨੀਪੁਰ ਸਵਾਲ ਮਿਆਣੀ ਬਹਾਦਰ ਅਮਰਜੀਤਪੁਰ ਤਲਵੰਡੀ ਚੌਧਰੀ ਅਤੇ ਪਿੰਡਾਂ ਦੇ ਸਰਪੰਚਾਂ ਤੇ ਨੌਜਵਾਨਾਂ ਨੇ ਸਖ਼ਤ ਫੈਸਲਾ ਲੈਂਦਿਆਂ ਪਿੰਡ ਦੇ ਰਸਤੇ ਨੂੰ ਪੂਰਨ ਤਰੀਕੇ ਨਾਲ ਬੰਦ ਕਰ ਲਿਆ ਹੈ। ਉਧਰ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਦੀ ਹਦਾਇਤ ਤੇ ਗ੍ਰਾਮੀਣ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਸੁਲਤਾਨਪੁਰ ਲੋਧੀ ਦੇ ਕਈ ਪਿੰਡਾਂ ਵਿੱਚ ਪੰਚਾਇਤ ਦੇ ਸਹਿਯੋਗ ਨਾਲ ਠੀਕਰੀ ਪੈਰੇ ਵੀ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਮੌਕੇ ਸਰਪੰਚ ਰਾਜੂ ਢਿੱਲੋਂ, ਸਰਪੰਚ ਸੁਖਵਿੰਦਰ ਸਿੰਘ, ਮਨਦੀਪ ਸਿੰਘ ਆਦਿ ਕਈ ਪਿੰਡਾਂ ਦੇ ਸਰਪੰਚਾਂ ਨੇ ਦੱਸਿਆ ਕਿ ਸਾਡੇ ਪਿੰਡ ਦਾ ਕੋਈ ਵੀ ਵਿਅਕਤੀ ਪੰਚਾਇਤ ਨੂੰ ਪੁੱਛੇ ਬਿਨਾਂ ਬਾਹਰ ਜਾ ਸਕੇਗਾ ਤੇ ਨਾ ਹੀ ਆ ਸਕੇਗਾ। ਇਸ ਸੰਬੰਧ ਵਿੱਚ DSP ਸਰਵਣ ਸਿੰਘ ਬਲ ਨੇ ਇੱਕ ਪ੍ਰੈਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਪਿੰਡ ਵਿੱਚ ਠੀਕਰੀ ਪੈਰੇ ਦੀ ਨਿਗਰਾਨੀ ਵਾਸਤੇ ਪੁਲਿਸ ਮੁਲਾਜ਼ਮਾਂ ਨੂੰ ਵੀ ਲਗਾਇਆ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਨਿਯਮਾਂ ਦੀਆਂ ਧੱਜੀਆਂ ਉਡਾਏਗਾ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸੁਲਤਾਨਪੁਰ ਲੋਧੀ ਤੋਂ ਰਿਕੇਸ਼ ਕੁਮਾਰ ਤੇ ਸਿਮਰਨਜੀਤ ਸਿੰਘ ਦੀ ਖਾਸ ਰਿਪੋਰਟ A7 ਪੰਜਾਬ। ਅਸੀਂ ਆਪਣੇ MLA ਨਵਤੇਜ ਸਿੰਘ ਚੀਮਾ ਜੀ ਅਤੇ DC ਸਾਹਿਬ ਦੇ ਹੁਕਮਾਂ ਦੇ ਮੁਤਾਬਕ ਆਪਣੇ ਪਿੰਡ 'ਚ ਠੀਕਰੀ ਪੈਰਾ ਲਾਇਆ ਹੋਇਆ। ਕੋਈ ਵੀ ਬਾਹਰੋਂ ਆਉਂਦਾ, ਪਹਿਲੀ ਤਾਂ ਗੱਲ ਅਸੀਂ ਬਾਹਰਲੇ ਬੰਦੇ ਨੂੰ ਪਿੰਡ ਆਉਣ ਨਹੀਂ ਦਿੰਦੇ। ਜੇ ਕੋਈ ਪਿੰਡ ਦਾ ਵਾ ਉਹਨੂੰ ਇਹ ਰਿਕੁਐਸਟ ਕਰੀਦੀ ਕਿ ਜੇ ਕੋਈ ਜ਼ਰੂਰੀ ਕੰਮ ਆ ਜਾ ਸਕਦਾ, ਨਹੀਂ ਤਾਂ ਪਿੰਡ ਰਹੋ, ਘਰ ਰਹੋ। ਬਹੁਤ ਵਧੀਆ ਪ੍ਰਬੰਧ ਆ ਜੀ, ਕਿਸੇ ਨੂੰ ਕੋਈ ਦਿੱਕਤ ਨਹੀਂ ਗੀ। ਕੋਈ ਇੱਦਾਂ ਦੀ ਗੱਲ ਹੈ ਨਹੀਂ ਕਿ ਕੋਈ ਭੁੱਖਾ ਸੌਵੇ ਜਾਂ ਕੋਈ ਇੱਦਾਂ। ਬਾਕੀ ਪ੍ਰਸ਼ਾਸਨ ਵੱਲੋਂ ਫੁੱਲ ਸਪੋਰਟ ਮਿਲਦੀ ਹੈ ਜੀ। ਜੇ ਕਿਸੇ ਨੂੰ ਕੋਈ ਦਿੱਕਤ ਹੁੰਦੀ ਆ ਤਾਂ ਅਸੀਂ ਆਪਣੇ ਚੀਮਾ ਸਾਹਿਬ ਦੀ ਸਾਨੂੰ ਬਹੁਤ ਹੈਲਪ ਮਿਲਦੀ ਪਈ ਆ। ਪਹਿਲੀ ਤਾਂ ਗੱਲ ਅਸੀਂ ਕੋਸ਼ਿਸ਼ ਕਰੀ ਦੀ ਪਿੰਡ ਦੇ ਵਿੱਚੋਂ ਹੀ ਸਾਰੇ ਜਿੰਨੇ ਯਾਰ ਮਿੱਤਰ ਸੱਜਣ ਇਕੱਠੇ ਹੋ ਗਏ, ਉਹਨਾਂ ਦੀ ਹੈਲਪ ਕਰ ਦੇ ਦੀ। ਪਿੰਡ ਦੇ ਚਾਰੋਂ ਨੁੱਕਰਾਂ 'ਤੇ ਅਸੀਂ ਨਾਕੇ ਲਾਏ ਹੋਏ ਆ, ਕਿਸੇ ਨੂੰ ਬਾਹਰਲੇ ਬੰਦੇ ਨੂੰ ਪਿੰਡ ਵੜਨ ਨਹੀਂ ਦਿੰਦੇ ਅਤੇ ਤਕਰੀਬਨ ਇੱਥੋਂ ਦਾ ਵੀ ਕੋਈ ਬਾਹਰ ਨਹੀਂ ਜਾ ਰਿਹਾ। ਜੇ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਆ, ਕੋਈ ਪਰੇਸ਼ਾਨੀ ਹੁੰਦੀ ਤਾਂ ਅਸੀਂ ਖੁਦ ਹੀ ਉਹਨਾਂ ਨਾਲ ਕੰਟੈਕਟ ਕਰਦੇ ਹਾਂ ਕਿ ਰਾਸ਼ਨ ਦੀ ਲੋੜ ਆ, ਉਹਨੂੰ ਵੀ ਉਹਨਾਂ ਨੂੰ ਘਰੋਂ ਘਰੀ ਦੇ ਕੇ ਆਉਂਦੇ ਸਾਰਿਆਂ ਨੂੰ। ਨੌਜਵਾਨ ਬਹੁਤ ਆਪਣੀ ਜ਼ਿੰਮੇਵਾਰੀ ਨਾਲ ਡਿਊਟੀ ਨਿਭਾ ਰਹੇ ਆ, ਹਰ ਨਾਕੇ 'ਤੇ ਪੂਰੀ ਮਸਤੈਦੀ ਨਾਲ ਖੜ੍ਹੇ ਆ। ਪਿੰਡ 'ਚ ਬਹੁਤ ਵਧੀਆ ਸਥਿਤੀ ਆ, ਸਾਡੇ ਪਿੰਡ ਨੰਬਰ 9 ਆ, ਸਾਰਾ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਜੀ। ਦੇਖੋ ਜੀ, ਪਿੰਡ 'ਚ ਸਾਡੇ 4 ਚੌਂਕ ਪੈਂਦੇ ਆ, 4 'ਤੇ ਅਸੀਂ ਨੌਜਵਾਨ ਮੁੰਡੇ ਜਿਹੜੇ ਉਹ ਲਾਏ ਪਏ ਆ। ਵੈ ਸਾਰੀ ਦਿਹਾੜੀ ਬੜੀ ਮਸਤੈਦੀ ਨਾਲ ਨੌਜਵਾਨ ਮੁੰਡੇ ਜਿਹੜੇ ਉਹ ਪਹਿਰਾ ਦਿੰਦੇ ਆ, ਕਿਸੇ ਨੂੰ ਪਿੰਡ 'ਚ ਐਂਟਰ ਨਹੀਂ ਹੋਣ ਦਿੰਦੇ, ਨਾ ਪਿੰਡ ਦਾ ਬੰਦਾ ਜਿਹੜਾ ਕੋਈ ਬਾਹਰ ਜਾਂਦਾ ਵਾ। ਜੇ ਕੋਈ ਬਹੁਤ ਹੀ ਜ਼ਰੂਰਤ ਹੁੰਦੀ ਆ ਤਾਂ ਉਹਨੂੰ ਗੱਲਬਾਤ ਕਰਕੇ ਉਹਦੀ ਮਸਲਾ ਹੱਲ ਕਰਕੇ ਉਹਨੂੰ ਭੇਜੀਦਾ ਵਾ। ਅਸੀਂ ਉਪਰਾਲਾ ਇਹ ਕਰ ਰਹੇ ਵੀ ਜੋ ਸਾਨੂੰ ਗੌਰਮੈਂਟ ਨੇ ਹਦਾਇਤਾਂ ਦਿੱਤੀਆਂ ਉਹਨਾਂ ਦੇ ਮੁਤਾਬਕ ਅਸੀਂ ਚੱਲਣ ਰਹੇ ਹਾਂ ਅਤੇ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਨ ਲੱਗੇ। ਪਿੰਡ ਦੇ ਵਿੱਚ ਸਾਰੇ ਜੇ ਠੀਕ ਵੀ ਪਹਿਰੇ ਲਾਏ ਆ, ਸਾਡੇ ਪਿੰਡ ਦੇ ਵਿੱਚ ਆਉਣ ਜਾਣ ਵਾਸਤੇ 3 ਰਸਤੇ 3 ਬਲੋਕ ਕੀਤੇ ਆ ਅਤੇ ਅਸੀਂ ਗਲੀਆਂ ਬਲੋਕ ਕੀਤੀਆਂ ਹੋਈਆਂ ਘਰਾਂ ਦੀਆਂ, ਘਰਾਂ 'ਚੋਂ ਬਾਹਰ ਲੋਕਾਂ ਨੂੰ ਨਹੀਂ ਆਉਣ ਚਾਹੀਦਾ। ਪਿੰਡਾਂ ਦੇ ਵਿੱਚ ਅਸੀਂ ਪਿੰਡਾਂ ਦੀਆਂ ਪੰਚਾਇਤਾਂ, ਕਿਉਂਕਿ ਸਬ ਡਿਵੀਜ਼ਨ ਦੇ ਵਿੱਚ ਕਰੀਬ 250 ਪਿੰਡ ਹੈਗਾ, ਜਿਹਦੇ ਵਿੱਚ ਅਸੀਂ ਦਿਨ ਦਾ ਜਿਹੜਾ ਵਾ ਉਹ ਠੀਕਰੀ ਪੈਰਾ ਬਾਹੁਕਮ DC ਸਾਹਿਬ ਅਤੇ ਮਾਨਯੋਗ SSP ਸਾਹਿਬ ਦੀਆਂ ਹਦਾਇਤਾਂ 'ਤੇ ਲਾਇਆ ਗਿਆ। ਸਾਡੇ ਮੁਕੰਮਲ ਜਿਹੜਾ ਕਰੀਬ 250 ਪਿੰਡਾਂ 'ਤੇ ਅਸੀਂ ਦਿਨ ਦਾ ਪੰਚਾਇਤ ਅਤੇ ਮੁਤਬਰ ਵਿਅਕਤੀਆਂ ਦੀ ਮਦਦ ਨਾਲ ਅਤੇ ਪੁਲਿਸ ਦੀ ਮਦਦ ਨਾਲ, ਲੋਕਲ ਪੁਲਿਸ ਸਟੇਸ਼ਨ ਦੀ ਜਿਹੜੀ ਪੁਲਿਸ ਉਹਨਾਂ ਦੀ ਮਦਦ ਨਾਲ ਲਾਇਆ ਗਿਆ ਅਤੇ ਉਹ ਲਾਗੂ ਹੈਗਾ। ਕੁਛ ਸ਼ਹਿਰ